ਹੋਈ ਵੀ ਮੈਂ ਫਿਰ ਮੇਰਾ ਨਾਮ ਆਰਜੋ ਦੀਪ ਹੈ। ਸ਼ਾਮ ਨੂੰ 4 ਵਜੇ ਨੂੰ ਮੇਰਾ ਸ਼ੋਅ ਹੁੰਦਾ ਕੈਰੀ ਔਨ ਅੰਮ੍ਰਿਤਸਰ, ਐਂਡ ਤੁਸੀਂ ਸ਼ਾਇਦ ਕਦੇ ਨਾ ਕਦੇ ਸੁਣਿਆ ਹੋਏਗਾ। ਤੇ ਇੱਥੇ ਅੱਜ ਆਉਣ ਦਾ ਰੀਜ਼ਨ ਬੀਂਗ ਅ ਡਿਸਟ੍ਰਿਕਟ ਚੀਫ ਆਈਕਨ, ਬੀਂਗ ਅ ਡਿਸਟ੍ਰਿਕਟ ਯੂਥ ਆਈਕਨ, ਇਲੈਕਸ਼ਨ ਯਾਨੀ ਕਿ ਚੋਣਾਂ ਦਾ ਪਰਵ, ਦੇਸ਼ ਦਾ ਗਰਵ, ਲੋਕ ਸਭਾ ਇਲੈਕਸ਼ਨ 2024 ਜੋ ਪਤਾ ਨਾ ਅਸਲ ਤਰੀਕ ਪਤਾ ਨਾ ਕਦੋਂ ਆਏਗੀ ਇਲੈਕਸ਼ਨ ਆਪਣੇ ਇੱਥੇ ਕੀ ਤਰੀਕ ਹੈਗੀ ਹੈ ਇੱਕ ਜੂਨ ਠੀਕ ਹੈ। ਅੱਛਾ ਮੈਨੂੰ ਇਹ ਦੱਸੋ ਕਿ ਆਪਣੇ ਘਰ ਮੰਮੀ ਡੈਡੀ ਅੱਗੇ ਸੈਂਡ ਕੌਣ ਕੌਣ ਕਰਦਾ ਕਿ ਤੁਸੀਂ ਜੀਵ ਤੋਂ ਲੈ ਗਏ ਤਾਂ ਇਹ ਕਰਦੇ ਝੂਠ ਨਹੀਂ ਬੋਲਦਾ ਸਵੇਰੇ ਸਵੇਰੇ ਸਾਰੇ ਦੁੱਧ ਕਰਦੇ ਆ ਕਿਤੇ ਨੇ ਕਿਹਾ ਸਾਈਕਲ ਲੈਣਾ, ਕਿਤੇ ਨੇ ਕਿਹਾ ਬਾਈਕ ਲੈਣੀ ਹੈ, ਤੇ ਕਿਤੇ ਨੇ ਕਿਹਾ ਮੈਂ ਐਪਲ ਵਾਲਾ ਫੋਨ ਲੈਣਾ, ਹੋਰ ਤੇ ਹੋਰ ਕਿਤੇ ਨੇ ਕਿਹਾ ਕੋਈ ਵੀ ਬਿਹਤਰ ਨਾਮ ਨਹੀਂ ਹੈ ਭੁਲਾ ਕੇ ਨਹੀਂ ਸਾਰੇ ਕਰਦੇ ਲੈਣਾ ਆਪਾਂ। ਸ਼ਾਇਰੀ ਦਾਤ ਮੰਗਦੀ ਹੈ, ਸ਼ਾਇਰੀ ਦਾਤ ਮੰਗਦੀ ਹੈ, ਮਾਂ ਰੱਬ ਨੂੰ ਔਲਾਦ ਮੰਗਦੀ ਹੈ, ਭੁੱਖਾ ਰੋਟੀ ਮੰਗਦਾ ਹੈ, ਲਾੜਾ ਰੋਟੀ ਮੰਗਦਾ ਹੈ, ਰਾਜੇ ਮਹਿਮਾਨੀਆਂ ਮੰਗਦੇ ਆ ਤੇ ਮੇਰੇ ਵਰਗੇ ਕਲਾਕਾਰ ਤੁਹਾਡੇ ਤੋਂ ਲਾੜੀਆਂ ਮੰਗਦੇ ਆ। ਓਕੇ ਸੋ ਗਰਮੀ ਮੋਟਰ ਕੀ ਮੋਟਰ ਟਾਈਮ ਨਹੀਂ ਲੈਣਾ ਚਲੋ ਪਕੜਿਆ ਇੱਥੇ ਮੇਕਅਪ ਵਾਲਾ ਸੀ ਵੀ ਤੁਹਾਨੂੰ ਜੋੜ ਲੈਣਾ ਹੀ ਸਾਰਾ ਇੰਨੀ ਗਰਮੀ ਹੈ ਕਹਿਣੀ ਨਾ ਕਿ ਤੁਹਾਨੂੰ ਇਸ ਤਰ੍ਹਾਂ ਦੀ ਗੱਲ ਤੇ ਬੋਲਿਆ ਘਰ ਜਾ ਕੇ ਤੁਸੀਂ ਸਭ ਨੇ ਅੰਦਰ ਤੋਂ ਪਹਿਲਾਂ ਸੱਜੇ ਨੂੰ ਜ਼ਿਕਰ ਕਰਨੀ ਹੈ ਕਿ 1 ਜੂਨ ਨੂੰ ਛੁੱਟੀ ਨਹੀਂ ਡਿਊਟੀ ਦਾ ਦਿਨ ਹੈ, ਸਭ ਨੇ ਜਾ ਕੇ ਵੋਟ ਪਾ ਕੇ ਆਉਣੀ ਹੈ, ਤੁਹਾਡੀ ਅਜੇ ਬਣੀ ਹੈ ਲੇਕਿਨ ਤੁਹਾਡੇ ਪੇਰੈਂਟਸ ਦੀ ਤੁਹਾਡੇ ਜਿਹੜੇ ਘਰ ਦੇ ਵੱਡੇ ਸਭ ਦੀ ਬਣੀ ਹੈ, ਉਹਨਾਂ ਨੂੰ ਸਮਝਾਉਣਾ ਹੈ ਕਿ 1 ਵੋਟ ਨਾਲ ਬਹੁਤ ਬਦਲਾਅ ਹੋ ਰਿਹਾ ਹੈ ਸੋ ਛੁੱਟੀ ਨਹੀਂ ਕਰਨੀ, ਸੋ ਘਰ ਜਾ ਕੇ ਕੀ ਕਹਿਣਾ 1 ਜੂਨ ਨੂੰ ਛੁੱਟੀ ਪੱਕੀ ਗੱਲ। ਓਕੇ ਆਪਾਂ ਜਲਦੀ ਮੋੜ ਦੇ ਉੱਤੇ ਵੀਡੀਓ ਬਣਾਉਂਦੇ ਹਾਂ, ਸਭ ਨੇ ਮੇਰੇ ਨਾਲ ਬੋਲਣਾ ਵੋਟ ਕਰ ਅੰਮ੍ਰਿਤਸਰ, ਕੀ ਬੋਲਣਾ ਵੋਟ ਕਰ ਅੰਮ੍ਰਿਤਸਰ। ਚਲੋ ਠੀਕ ਹੈ ਮੈਂ ਟਰਾਈ ਕਰਦਾ ਕਿ ਸਾਰੇ ਆ ਜਾਣੇ ਚੈਨਲ ਤੇ।